ਸੋਸ਼ਲ ਮੀਡੀਆ ਦੇ ਰਾਹੀਂ ਲੋਕਾਂ ਦੇ ਹਾਸਿਆਂ ਦੀ ਵਜ੍ਹਾ ਬਣਨ ਵਾਲੇ ਕਸ਼ਮੀਰ ਸਿੰਘ ਉਰਫ ਸੰਘਾ ਭਾਊ ਨੂੰ ਵੱਡਾ ਸਦਮਾ ਲੱਗਾ ਹੈ। ਕਸ਼ਮੀਰ ਸਿੰਘ ਸੰਘਾ ਦੇ ਪਿਛਲੇ ਲੰਬੇ ਸਮੇਂ ਤੋਂ ਬਿਮਾਰ ਚੱਲੇ ਆ ਰਹੇ ਇਕਲੌਤੇ ਪੁੱਤ ਦੀ ਬੀਤੇ ਦਿਨੀ ਮੌਤ ਹੋ ਗਈ। ਆਪਣੀ ਕਾਮੇਡੀ ਦੇ ਨਾਲ ਲੋਕਾਂ ਨੂੰ ਹਸਾਉਣ ਵਾਲੇ ਕਸ਼ਮੀਰ ਸੰਘਾ ਤੇ ਉਸ ਦੇ ਪਰਿਵਾਰ ਦੇ ਲਈ ਇਹ ਸਦਮਾ ਅਸਹਿ ਹੈ। ਦੁੱਖ ਦੀ ਘੜੀ ਦੇ ਵਿੱਚ ਜਿੱਥੇ ਪੂਰੇ ਇਲਾਕੇ ਦੇ ਲੋਕ ਕਸ਼ਮੀਰ ਸੰਘਾ ਦਾ ਦੁੱਖ ਮੰਡਾਉਣ ਲਈ ਪਹੁੰਚੇ, ਉੱਥੇ ਹੀ ਕਸ਼ਮੀਰ ਸੰਘਾ ਨੇ ਦੱਸਿਆ ਹੈ ਕਿ ਉਸਦਾ ਪੁੱਤਰ ਲੰਬੇ ਸਮੇਂ ਤੋਂ ਬਿਮਾਰ ਸੀ, ਜਿਸ ਨੇ ਬੀਤੇ ਦਿਨੀ ਤਾਂ ਤੋੜ ਦਿੱਤਾ। ਬੇਟਾ ਹੈ ਮੇਰਾ, ਬੇਟਾ ਮੇਰਾ ਠੀਕ ਨਹੀਂ, ਕਾਫੀ 6 ਸਾਲ ਤੋਂ ਮੰਜੇ ਤੇ ਹੀ ਚੱਲਦਾ। ਹਾਂ ਤੇ ਉਹ ਤਰ੍ਹਾਂ ਮੇਰੇ ਨਾਲ ਸਿਰ ਨੂੰ ਸਿਰ ਘੁੱਟਿਆ ਗਿਆ ਉਹਦਾ ਨਰਸਾਂ ਕੋਲ, ਮੁੜ ਕੇ ਠੀਕ ਹੀ ਮੇਰੇ ਨਾਲ। ਚਲੋ ਚਲੋ ਸਾਨੂੰ ਪਤਾ ਲੱਗ ਜਾਂਦਾ, ਚਲੋ ਮੈਂ ਤਿਆਰ ਹੋਣਾ ਪੱਗ ਬੰਨਣੀ, ਉਦੋਂ ਮੈਂ ਉਹਨੂੰ ਮਿਲ ਕੇ ਜਾਣਾ, ਉਹਦੇ ਨਾਲ ਪੱਪੀਆਂ ਲੈ ਕੇ ਆਉਣੀਆਂ, ਉਹਨੂੰ ਹਾਂ ਕਰਨਾ, ਜੱਫੀ ਪਾਉਣੀ, ਪਤਾ ਲੱਗ ਜਾਂਦਾ ਮੇਰਾ ਡੈਡੀ ਹੈ। ਤੇ ਕੱਲ ਸ਼ਾਮੀ 5 ਵਜੇ ਯਾਰੋ ਮੈਂ ਗੋਲੀਆਂ ਲੈ ਕੇ ਆਇਆ ਉਹਨੂੰ ਦੇਣਾ ਤੇ ਸੀਸੀ, ਤੇ ਠੀਕ ਨਹੀਂ। ਉਹ ਤੋਂ ਬਾਅਦ ਛੇਤੀ ਮੁੜ ਕੇ ਉਹ ਬੁਰਾ ਹੋ ਜਾਂਦਾ ਆ, 10-15 ਮਿੰਟ ਬੁਰਾ ਹੋ ਗਿਆ। ਬੁਰਾ ਇੱਕੋ ਬੇਟਾ ਹੀ, ਇਹੋ 1.25 ਲੱਖ ਬੇਟਾ। ਹਾਂ ਗੁਰਕੀਰਤਨ ਸਿੰਘ ਮੇਰੇ ਨਾਂ ਹੈ ਬੇਟੇ ਦਾ, ਘਰਦੇ ਮੇਰੇ ਨੇ ਮੇਰੇ ਗੁਰਪ੍ਰੀਤ ਆ, ਉਹ ਅੱਗੇ ਨਹੀਂ ਠੀਕ, ਉਹਨਾਂ ਨੂੰ ਕੈਂਸਰ ਆ, ਤੇ ਉਹ ਗੁਰੂ ਰਾਮਦਾਸ ਉਹ ਕੈਂਸਰ ਦੀ ਚੱਲਣ ਡਈ, ਉਹਨਾਂ ਦੇ ਕੀਮੋ ਲੱਗੀ, ਕਰਨਾ ਲੱਗੀ, ਹੁਣ ਗੋਲੀਆਂ ਚੱਲਦੀਆਂ। ਬਾਕੀ ਚਲੋ ਬਹੁਤ ਮਾੜੀ ਹੋਈ ਆ, ਚਲੋ ਹੁਣ ਆਪਾਂ ਕਰ ਨਹੀਂ ਤੱਕ ਜਾਂਦੇ, ਹਾਂ ਰੱਬ ਦਾ ਭਾਣਾ ਆ, ਠੀਕ ਆ ਨਾ, ਵੱਡਾ ਜੇਰਾ ਕਰਕੇ ਮੰਨਣਾ ਪਊ ਰੱਬ ਦਾ ਭਾਣਾ। ਬੜੇ ਸਾਰੀ ਉਮਰ ਦਾ ਦੁੱਖ ਰਹਿਣਾ ਆ, ਜਿਹੜਾ ਸਾਨੂੰ ਛੱਡ ਗਿਆ ਉਹ, ਅੱਜ ਬਹੁਤ ਮਾੜੀ ਗੱਲ ਹੋਈ। ਹਾਂ ਚੱਲਦਾ ਸੀ ਉਹਦਾ ਜੀ, ਹਾਂ ਗੋਲੀਆਂ ਚੱਲਦੀਆਂ ਸੀ ਉੱਥੇ, ਤੇ ਵਧੀਆ ਸੀ। ਚਲੋ ਬੜਾ ਕੋਈ ਗੱਲ ਨਾ, ਮੈਂ ਕਰਨ ਵਾਲੀ ਗੱਲ ਨੀ, ਕੋਈ ਗੱਲ ਜੋ ਹੋਇਆ ਜੋ ਰੱਬ ਨੇ ਕੀਤਾ, ਚਲੋ ਉਹਦੇ ਭਾਣੇ ਅੰਦਰ ਹੀ। ਬੇਟਾ ਹੈ ਮੇਰਾ, ਬੇਟਾ ਮੇਰਾ ਠੀਕ ਨਹੀਂ, ਕਾਫੀ 6 ਸਾਲ ਤੋਂ ਮੰਜੇ ਤੇ ਹੀ ਚੱਲਦਾ। ਹਾਂ ਤੇ ਉਹ ਤਰ੍ਹਾਂ ਮੇਰੇ ਨਾਲ ਸਿਰ ਨੂੰ ਸਿਰ ਘੁੱਟਿਆ ਗਿਆ ਉਹਦਾ ਨਰਸਾਂ ਕੋਲ, ਮੁੜ ਕੇ ਠੀਕ ਹੀ ਮੇਰੇ ਨਾਲ। ਚਲੋ ਚਲੋ ਸਾਨੂੰ ਪਤਾ ਲੱਗ ਜਾਂਦਾ, ਚਲੋ ਮੈਂ ਤਿਆਰ ਹੋਣਾ ਪੱਗ ਬੰਨਣੀ, ਉਦੋਂ ਮੈਂ ਉਹਨੂੰ ਮਿਲ ਕੇ ਜਾਣਾ, ਉਹਦੇ ਨਾਲ ਪੱਪੀਆਂ ਲੈ ਕੇ ਆਉਣੀਆਂ, ਉਹਨੂੰ ਹਾਂ ਕਰਨਾ, ਜੱਫੀ ਪਾਉਣੀ, ਪਤਾ ਲੱਗ ਜਾਂਦਾ ਮੇਰਾ ਡੈਡੀ ਆ। ਤੇ ਕੱਲ ਸ਼ਾਮੀ 5 ਵਜੇ ਯਾਰੋ ਮੈਂ ਗੋਲੀਆਂ ਲੈ ਕੇ ਆਇਆ ਉਹਨੂੰ ਦੇਣਾ ਤੇ ਸੀਸੀ, ਤੇ ਠੀਕ ਨਹੀਂ। ਉਹ ਤੋਂ ਬਾਅਦ ਛੇਤੀ ਮੁੜ ਕੇ ਉਹ ਬੁਰਾ ਹੋ ਜਾਂਦਾ ਆ, 10-15 ਮਿੰਟ ਬੁਰਾ ਹੋ ਗਿਆ। ਬੁਰਾ ਇੱਕੋ ਬੇਟਾ ਹੀ, ਇਹੋ 1.25 ਲੱਖ ਬੇਟਾ। ਹਾਂ ਗੁਰਕੀਰਤਨ ਸਿੰਘ ਮੇਰੇ ਨਾਂ ਹੈ ਬੇਟੇ ਦਾ, ਘਰਦੇ ਮੇਰੇ ਨੇ ਮੇਰੇ ਗੁਰਪ੍ਰੀਤ ਆ, ਉਹ ਅੱਗੇ ਨਹੀਂ ਠੀਕ, ਉਹਨਾਂ ਨੂੰ ਕੈਂਸਰ ਆ, ਤੇ ਉਹ ਗੁਰੂ ਰਾਮਦਾਸ ਉਹ ਕੈਂਸਰ ਦੀ ਚੱਲਣ ਡਈ, ਉਹਨਾਂ ਦੇ ਕੀਮੋ ਲੱਗੀ, ਕਰਨਾ ਲੱਗੀ, ਹੁਣ ਗੋਲੀਆਂ ਚੱਲਦੀਆਂ। ਬਾਕੀ ਚਲੋ ਬਹੁਤ ਮਾੜੀ ਹੋਈ ਆ, ਚਲੋ ਹੁਣ ਆਪਾਂ ਕਰ ਨਹੀਂ ਤੱਕ ਜਾਂਦੇ, ਹਾਂ ਰੱਬ ਦਾ ਭਾਣਾ ਆ, ਠੀਕ ਆ ਨਾ, ਵੱਡਾ ਜੇਰਾ ਕਰਕੇ ਮੰਨਣਾ ਪਊ ਰੱਬ ਦਾ ਭਾਣਾ। ਬੜੇ ਸਾਰੀ ਉਮਰ ਦਾ ਦੁੱਖ ਰਹਿਣਾ ਆ, ਜਿਹੜਾ ਸਾਨੂੰ ਛੱਡ ਗਿਆ ਉਹ, ਅੱਜ ਬਹੁਤ ਮਾੜੀ ਗੱਲ ਹੋਈ। ਹਾਂ ਚੱਲਦਾ ਸੀ ਉਹਦਾ ਜੀ, ਹਾਂ ਗੋਲੀਆਂ ਚੱਲਦੀਆਂ ਸੀ ਉੱਥੇ, ਤੇ ਵਧੀਆ ਸੀ। ਚਲੋ ਬੜਾ ਕੋਈ ਗੱਲ ਨਾ, ਮੈਂ ਕਰਨ ਵਾਲੀ ਗੱਲ ਨੀ, ਕੋਈ ਗੱਲ ਜੋ ਹੋਇਆ ਜੋ ਰੱਬ ਨੇ ਕੀਤਾ, ਚਲੋ ਉਹਦੇ ਭਾਣੇ ਅੰਦਰ ਹੀ।